ਮੋਗੇ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਊਗਾ, ਸ਼ਾਇਦ ਤੁਸੀਂ ਵੀ ਮੋਗੇ ਤੋਂ ਹੀ ਬਿਲੋਂਗ ਕਰਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੋਗੇ ਜ਼ਿਲ੍ਹੇ ਦੀ ਹਿਸਟਰੀ ਦੇ ਬਾਰੇ। ਸੋ ਵੀਡੀਓ ਨੂੰ ਪੂਰੀ ਨੂੰ ਜ਼ਰੂਰ ਦੇਖਿਓ। ਮੋਗਾ ਪੰਜਾਬ ਦੇ ਪ੍ਰਸਿੱਧ ਜ਼ਿਲ੍ਹਿਆਂ ਦੇ ਵਿੱਚੋਂ ਹੀ ਇੱਕ ਹੈ। ਮੋਗੇ ਦਾ ਨਾਮ ਮੋਗਾ ਸਿੰਘ ਗਿੱਲ ਗਿੱਲ ਭਾਈਚਾਰੇ ਦੇ ਇੱਕ ਪ੍ਰਮੁੱਖ ਵਿਅਕਤੀ ਦੇ ਨਾਮ 'ਤੇ ਰੱਖਿਆ ਗਿਆ ਸੀ। ਜ਼ਿਲ੍ਹਾ ਬਣਨ ਤੋਂ ਪਹਿਲਾਂ ਮੋਗਾ ਇੱਕ ਤਹਿਸੀਲ ਦੇ ਤੌਰ 'ਤੇ ਫਰੀਦਕੋਟ ਜ਼ਿਲ੍ਹੇ ਦਾ ਹੀ ਇੱਕ ਹਿੱਸਾ ਸੀ, ਪਰ ਸਾਲ 1995 ਵਿੱਚ ਮੋਗਾ ਤਹਿਸੀਲ ਅਤੇ ਬਾਘਾ ਪੁਰਾਣਾ ਤਹਿਸੀਲ ਨੂੰ ਮਿਲਾ ਕੇ ਇੱਕ ਨਵਾਂ ਜ਼ਿਲ੍ਹਾ ਮੋਗਾ ਸਥਾਪਿਤ ਕੀਤਾ ਗਿਆ। ਪਹਿਲੇ ਸਮਿਆਂ ਦੇ ਵਿੱਚ ਮੋਗਾ ਰੇਲਵੇ ਲਈ ਪ੍ਰਸਿੱਧ ਸੀ। ਸਾਲ 1901 ਦੇ ਵਿੱਚ ਰੇਲਵੇ ਲਾਈਨ ਮੋਗੇ ਤੱਕ ਪਹੁੰਚ ਗਈ ਸੀ। ਮੋਗਾ ਰੇਲਵੇ ਲਾਈਨ ਦਾ ਆਖਰੀ ਸਟਾਪ ਸੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਮੋਗੇ ਦਾ ਵਿਕਾਸ ਰੇਲਵੇ ਦੇ ਕਾਰਨ ਹੀ ਹੋਇਆ ਸੀ। ਮੋਗੇ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਮੰਡੀ ਬਣਾਈ ਗਈ ਸੀ। ਇਹ ਪੰਜਾਬ ਦੀ ਪਹਿਲੀ ਮੰਡੀ ਸੀ। ਲਾਹੌਰ ਤੋਂ ਆਉਣ ਜਾਣ ਵਾਲਿਆਂ ਲਈ ਮੋਗਾ ਇੱਕ ਪ੍ਰਮੁੱਖ ਕੇਂਦਰ ਬਣ ਚੁੱਕਿਆ ਸੀ। ਰੇਲਾਂ ਵਿੱਚ ਸਫ਼ਰ ਕਰਨ ਵਾਲੇ ਮੋਗੇ ਦੇ ਰੇਲਵੇ ਸਟੇਸ਼ਨ 'ਤੇ ਹੀ ਆ ਜਾਂਦੇ ਸੀ। ਮੋਗਾ ਚਾਹ ਦੇ ਲਈ ਵੀ ਮਸ਼ਹੂਰ ਅੱਡਾ ਬਣ ਗਿਆ ਸੀ। ਇੱਥੋਂ ਲੰਘਣ ਵਾਲੀਆਂ ਰੇਲ ਗੱਡੀਆਂ ਮੋਗੇ ਦੇ ਰੇਲਵੇ ਸਟੇਸ਼ਨ ਤੋਂ ਹੀ ਚਾਹ ਦੀ ਸਪਲਾਈ ਲੈਂਦੀਆਂ ਸੀ। ਤਾਂ ਹੀ ਤਾਂ ਕਈ ਕਹਿੰਦੇ ਹਨ ਕਿ ਮੋਗਾ ਚਾਹ ਜੋਗਾ, ਕਿਉਂਕਿ ਉਸ ਸਮੇਂ ਜਦੋਂ ਮੋਗਾ ਸ਼ਹਿਰ ਆਪਣਾ ਵਿਕਾਸ ਕਰ ਰਿਹਾ ਸੀ ਤਾਂ ਇੱਥੇ ਸਭ ਤੋਂ ਜ਼ਿਆਦਾ ਵਿਕਰੀ ਚਾਹ ਦੀ ਹੀ ਹੁੰਦੀ ਸੀ। ਮੋਗੇ ਦਾ ਨਾਮ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਵੀ ਭਾਰਤ ਦੇ ਮੁੱਖ ਸ਼ਹਿਰਾਂ ਵਿੱਚ ਆਉਂਦਾ ਸੀ, ਕਿਉਂਕਿ ਮੋਗਾ ਉਹ ਸ਼ਹਿਰ ਸੀ ਜਿੱਥੇ ਆਜ਼ਾਦੀ ਤੋਂ ਹੀ ਪਹਿਲਾਂ ਦਯਾਨੰਦ ਮਥੁਰਾ ਦਾਸ ਕਾਲਜ ਖੁੱਲ੍ਹ ਚੁੱਕਿਆ ਸੀ। ਇਹ ਕਾਲਜ ਵਿਦਿਆਰਥੀਆਂ ਲਈ ਉਹਨਾਂ ਸਮਿਆਂ ਦੇ ਵਿੱਚ ਬਹੁਤ ਹੀ ਵੱਡੀ ਸਹੂਲਤ ਸੀ। 1947 ਦੀ ਵੰਡ ਤੋਂ ਪਹਿਲਾਂ ਮੋਗੇ ਦੇ ਵਿੱਚ ਕਾਫ਼ੀ ਮੁਸਲਮਾਨ ਰਹਿੰਦੇ ਸੀ, ਪਰ ਵੰਡ ਹੋਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਲੋਕ ਪਾਕਿਸਤਾਨ ਚਲੇ ਗਏ ਅਤੇ ਪੱਛਮੀ ਪਾਕਿਸਤਾਨ ਤੋਂ ਵੱਡੀ ਗਿਣਤੀ ਦੇ ਗੈਰ ਮੁਸਲਿਮ ਲੋਕਾਂ ਨੇ ਆ ਕੇ ਮੋਗੇ ਵਿੱਚ ਰਹਿਣ ਬਸੇਰਾ ਕਰ ਲਿਆ। ਦੋਸਤੋ, ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ ਜਨਮ ਵੀ ਮੋਗੇ ਦੇ ਪਿੰਡ ਰੋਡੇ ਵਿੱਚ ਹੀ ਹੋਇਆ ਸੀ। ਲਾਲਾ ਲਾਜਪਤ ਰਾਏ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕਾਫ਼ੀ ਯਤਨ ਕੀਤੇ, ਉਹ ਵੀ ਮੋਗੇ ਦੇ ਨੇੜਲੇ ਪਿੰਡ ਟੁੱਡੀ ਕੇ ਦੇ ਸਨ। ਸੋ ਆਸ਼ਾ ਕਰਦੇ ਹਾਂ ਤੁਹਾਨੂੰ ਮੋਗੇ ਬਾਰੇ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਤੁਸੀਂ ਵੀ ਮੋਗੇ ਦੇ ਹੀ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣੀ ਜਾਣ ਪਹਿਚਾਣ ਵਾਲੇ ਲੋਕਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਜਿਸ ਸ਼ਹਿਰ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਸਦੀ ਜਾਣਕਾਰੀ ਹੋਣੀ ਆਪਾਂ ਨੂੰ ਬਹੁਤ ਹੀ ਜ਼ਰੂਰੀ ਹੈ। ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਜੋ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਜਲਦ ਮਿਲਾਂਗੇ ਅਗਲੀ ਵੀਡੀਓ ਦੇ ਨਾਲ।